ਸੰਕਲਨ ਹਾਈਵੇ ਲਾਡੋਵਾਲ ਤੇ ਸਥਿਤ ਟੋਲ ਬੈਰੀਅਰ ਤੇ ਵੀਰਵਾਰ ਨੂੰ ਪ੍ਰਾਈਵੇਟ ਬੱਸ ਚਾਲਕਾਂ ਅਤੇ ਟੋਲ ਪਲਾਜ਼ਾ ਦੇ ਸਿਕਿਉਰਿਟੀ ਗਾਰਡਾਂ ਵਿਚਾਲੇ ਬਹਿਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ, ਜਿਸ ਤੋਂ ਬਾਅਦ ਦੋਵੇਂ ਧਿਰਾਂ ਨੇ ਥਾਣਾ ਲਾਡੋਵਾਲ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਚੰਚਲ ਸਿੰਘ ਰਾਠੌਰ ਨੇ ਦੱਸਿਆ ਕਿ ਪ੍ਰਾਈਵੇਟ ਬੱਸਾਂ ਵਾਲੇ ਹਰ ਰੋਜ਼ ਬਿਨਾਂ ਟੋਲ ਟੈਕਸ ਦਿੱਤਿਆਂ ਹੀ ਬੂਮ ਬੈਰੀਅਰ ਤੋੜ ਕੇ ਲੰਘ ਜਾਂਦੇ ਨੇ, ਜਦਕਿ ਇਹਨਾਂ ਨੂੰ ਰੋਕਿਆ ਗਿਆ ਤਾਂ ਬੱਸ ਚਾਲਕਾਂ ਵੱਲੋਂ ਸਿਕਿਉਰਿਟੀ ਗਾਰਡਾਂ ਨਾਲ ਕੁੱਟਮਾਰ ਕੀਤੀ ਗਈ, ਜਿਸ ਦੀ ਸ਼ਿਕਾਇਤ ਥਾਣਾ ਲਾਡੋਵਾਲ ਵਿੱਚ ਦੇ ਦਿੱਤੀ ਹੈ। ਸਰ, ਪੁਲਿਸ ਸੇ ਬਾਤ ਹੋਈ ਹੈ, ਪੁਲਿਸ ਪ੍ਰਸ਼ਾਸਨ ਦੀ ਹੈ ਕਿ ਜੋ ਬਣਤੀ ਕਾਰਵਾਈ ਹੈ ਵੋ ਉਨਕੇ ਉੱਪਰ ਕਰੇਂਗੇ। ਕਿ ਜੋ ਯਹਾਂ ਸੇ ਗਾੜੀਆਂ ਨਿਕਲਤੀ ਹੈ ਤੋ ਬੂਮ ਹਿੱਟ ਕਰਤੇ ਹੈਂ, ਗਾੜੀਆਂ ਬੂਮ ਹਿੱਟ ਕਰਤੀ ਹੈ, ਉਸਸੇ ਜੋ ਆਸ ਪਾਸ ਖੜੇ ਹੋਏ ਲੋਗੋ ਜਾਂ ਫਿਰ ਬਾਅਦ ਸੇ ਗੁਜ਼ਰ ਰਹੀ ਗਾੜੀਆਂ ਹੈ ਉਨਕੋ ਵੀ ਨੁਕਸਾਨ ਹੋ ਸਕਤਾ ਹੈ, ਜਾਨੀ ਨੁਕਸਾਨ ਹੋ ਸਕਤਾ ਹੈ। ਔਰ ਜੋ ਇਹ ਲੋਕ ਟ੍ਰੇਡ ਕਰ ਰਹੇ ਹੈਂ, ਹਰ ਬੰਦੇ ਉਹ ਟ੍ਰੇਡ ਕਰਤੇ ਹੈਂ ਕਿ ਜੋ ਵੀ ਅਗਰ ਰੋਕਨੇ ਕੋਸ਼ਿਸ਼ ਕਰੇਗਾ ਤੋ ਉਸਕੇ ਘਰ ਜਾ ਕੇ ਉਸਕੇ ਘਰ ਪੇ ਜਾ ਕੇ ਵੀ ਉਸਕੋ ਧਮਕਾਤੇ ਟ੍ਰੇਡ ਕਰਤੇ ਹੈਂ, ਤੁਹਾਡੇ ਘਰ ਪੇ ਆ ਕੇ ਜਾਨ ਸੇ ਮਾਰ ਦੇਂਗੇ, ਰਾਸਤੇ ਮੇਂ ਆਤੇ ਹੈਂ ਤੁਮੇ ਪਕੜ ਕੇ ਰਾਸਤੇ ਮੇਂ ਮਾਰੇਂਗੇ, ਤੋ ਇਸ ਤਰ੍ਹਾਂ ਕੇ ਫੇਰ ਸਭੀ ਸਟਾਫ ਕੋ ਹੈ ਜੋ ਵੀ ਟੋਲ ਪੇ ਕਾਮ ਕਰ ਰਹੇ ਹੈਂ। ਤੋ ਹਮ ਚਾਹਤੇ ਹੈਂ ਕਿ ਇਨਕੇ ਉੱਪਰ ਜੋ ਸਖਤ ਸੇ ਕਾਰਵਾਈ ਬਣਤੀ ਕਾਰਵਾਈ ਹੋਤੀ ਹੈ ਸਰ ਵੋ ਕੀ ਜਾਏ। ਬੂਮ ਤੋੜਿਆ ਬਾਅਦ ਜੀ ਅਸੀਂ ਮੂਹਰੇ ਬੈਰੀਅਰ ਲਾਇਆ, ਸਾਡੇ ਸਰਕਾਰ ਥੱਪੜਾ ਮਾਰਿਆ, ਨਾਲ ਗਾਲਾਂ ਕੱਢੀਆਂ ਜੀ। ਚੰਗੇ ਨੇ ਜੀ, ਬਸ ਕਿਹੜੀ ਸੀ? ਬਸ ਪਟਿਆਲਾ ਐਕਸਪ੍ਰੈਸ। ਹਾਂਜੀ, ਇਹ ਪਹਿਲਾਂ ਵੀ ਇੱਦਾਂ ਹੀ ਕਰਦੇ ਆ? ਹਾਂਜੀ, ਪਹਿਲਾਂ ਵੀ ਹਾਂਜੀ ਇੱਦਾਂ ਇਕੱਠੇ ਇੱਦਾਂ ਕਰਦੇ। ਹਾਂਜੀ, ਹੁਣ ਤੁਸੀਂ ਅੱਜ ਥਾਣੇ ਆਏ ਹੋ ਤੇ ਪੁਲਿਸ ਨੇ ਕੀ ਸ਼ਿਕਾਇਤ ਦਿੱਤਾ ਤੁਹਾਨੂੰ? ਕੰਪਲੇਂਟ ਕੀ ਕਾਰਵਾਈ ਕੀ ਕਰਾਂ, ਕਹਿੰਦੇ ਕਾਰਵਾਈ ਕਰਾਂ, ਕੰਪਲੇਂਟ ਕੀਤੀ। ਕੰਪਲੇਂਟ ਤੁਹਾਡੇ ਵੱਲੋਂ ਕੀਤੀ ਗਈ ਹੈ? ਹਾਂਜੀ ਹਾਂਜੀ। ਉਧਰ ਬੱਸ ਚਾਲਕ ਨੇ ਕਿਹਾ ਕਿ ਲਾਡੋਵਾਲ ਟੋਲ ਬੈਰੀਅਰ ਤੋਂ ਹਰ ਰੋਜ਼ 300 ਦੇ ਕਰੀਬ ਬੱਸਾਂ ਅਪ ਡਾਊਨ ਕਰਦੀਆਂ ਨੇ ਅਤੇ ਸਾਰੀਆਂ ਹੀ ਬੱਸਾਂ ਦੇ ਫਾਸਟ ਟੈਗ ਲੱਗਿਆ ਹੋਇਆ ਹੈ। ਨੈਸ਼ਨਲ ਹਾਈਵੇ ਬਾਕੀ ਟੋਲ ਬੈਰੀਅਰ ਤੇ ਡੇਲੀ ਆਉਣ ਜਾਣ ਵਾਲੀਆਂ ਬੱਸਾਂ ਨੂੰ 50% ਛੂਟ ਦਿੱਤੀ ਗਈ ਹੈ, ਜਦਕਿ ਲਾਡੋਵਾਲ ਟੋਲ ਬੈਰੀਅਰ ਤੇ ਫਾਸਟ ਟੈਗ ਲੱਗੇ ਹੋਣ ਦੇ ਬਾਵਜੂਦ ਵੀ ਟੋਲ ਟੈਕਸ ਧੱਕੇ ਨਾਲ ਕੱਟਿਆ ਜਾਂਦਾ ਹੈ, ਜਦਕਿ ਸਾਡੀਆਂ ਬੱਸਾਂ ਦਾ ਟਾਈਮ ਫਿਕਸ ਹੁੰਦਾ ਹੈ। ਟੋਲ ਬੈਰੀਅਰ ਵਾਲਿਆਂ ਦਾ ਕੰਪਿਊਟਰ ਸਿਸਟਮ ਖਰਾਬ ਹੋਣ ਕਰਕੇ ਬੱਸਾਂ ਕਾਫੀ ਦੇਰ ਤੱਕ ਖੜੀਆਂ ਰਹਿੰਦੀਆਂ ਨੇ। ਇਹ ਜੀ ਪ੍ਰਾਈਵੇਟ ਬੱਸ ਆਪਰੇਟਰ ਹੈ ਜੀ ਅਸੀਂ, ਤੇ 2009 ਤੋਂ ਚੱਲ ਰਿਹਾ ਰੋਡ ਇਹ ਟੂਲ। ਰੋਡ ਤਾਂ ਹਜੇ ਤੱਕ ਕੰਪਲੀਟ ਨਹੀਂ ਹੋਇਆ ਜੀ, ਜਿਹੜਾ ਕਿ 2009 ਤੋਂ ਲੈ ਕੇ ਇਹਨਾਂ ਦਾ 2024 ਤੱਕ ਠੇਕੇ 'ਤੇ ਆ, ਅਤੇ ਇਹਨਾਂ ਨੂੰ ਕੰਪਲੀਟ ਕਰਨਾ ਚਾਹੀਦਾ ਸੀ ਪਹਿਲੇ ਸਾਲਾਂ 'ਚ। ਹਜੇ ਵੀ ਦੇਖ ਲਿਓ ਜੀ, ਵੀਡੀਓਗ੍ਰਾਫੀਆਂ ਵੀ ਕਰਾਈਆਂ ਲੋਕਾਂ ਨੇ, ਹਜੇ ਤੱਕ ਅਨਕੰਪਲੀਟ ਆ, ਅਤੇ ਇਹਨਾਂ ਨੇ ਟੂਲ ਉਦੋਂ ਲੈਣਾ ਸ਼ੁਰੂ ਕਰਤਾ ਸੀ 2009 'ਚ। ਅਸੀਂ ਵੀ ਦਿੰਦੇ ਹਾਂ, ਪਰ ਅਸੀਂ ਸਾਡੀ ਮੰਗ ਇਹ ਆ ਕਿ ਪਹਿਲਾਂ ਰੋਡ ਬਣਾਇਆ ਜਾਵੇ। ਅਸੀਂ ਡੇਲੀ ਚੱਲਦੇ ਹਾਂ, ਕਿ ਕਾਰ ਤਾਂ ਕਦੀ ਕਦੀ ਲੰਘ ਰਹੀ ਆ, ਸਾਡੀਆਂ ਗੱਡੀਆਂ ਰੋਜ਼ ਕਰਦੀਆਂ। ਪਹਿਲੀ ਗੱਲ ਤਾਂ ਇਹ ਸੀਗੀ। ਦੂਸਰੀ ਸਭ ਤੋਂ ਬੜੀ ਗੱਲ ਇਹ ਆ ਕਿ ਰੋਡ ਦੇ ਵਿੱਚ ਜੇ ਅਸੀਂ ਪ੍ਰਾਈਵੇਟ ਬੱਸ ਆਪਰੇਟਰ ਹਾਂ, ਅਸੀਂ ਇੱਥੋਂ ਤੇ ਹਾਂ ਲੋਕਲ ਲੁਧਿਆਣੇ ਦੇ, ਪੰਜਾਬ 'ਚ ਜਿੰਨੇ ਵੀ ਟੋਲ ਹੋਰ ਆ ਲੋਕਲ ਨੂੰ 50% ਲੱਗਦਾ, ਸਿਰਫ ਇਹ ਟੋਲ ਆ ਜਿਹੜਾ NHA ਦੇ ਰੂਲਾਂ ਦੇ ਹਿਸਾਬ ਨਾਲ ਨਹੀਂ ਚੱਲ ਰਿਹਾ। NHA ਨੇ ਜਦੋਂ ਲਿਖ ਕੇ ਦਿੱਤਾ ਕੰਸੈਸ਼ਨ ਐਗਰੀਮੈਂਟ ਦੀ ਕਾਪੀ ਵਿੱਚ ਕਿ ਲੋਕਲ ਨੂੰ 50%, ਅਤੇ ਇਹ ਲੈ ਰਹੇ ਆ ਜੀ ਪੂਰੇ ਦਾ ਪੂਰਾ। ਅਤੇ ਜੇ ਅਸੀਂ ਫਾਸਟੈਗ ਲਾਏ ਹੋਏ ਆ ਗੱਡੀਆਂ ਨੇ, ਫਿਰ ਫਾਸਟੈਗ ਲੱਗਣ ਦੇ ਬਾਵਜੂਦ ਵੀ ਗੱਡੀ ਨੂੰ ਰੋਕਦੇ ਆ, 5-5, 10-10 ਮਿੰਟ ਖਰਾਬ ਕਰਦੇ ਆ। ਸਾਡੇ ਹੁੰਦੇ ਰਨਿੰਗ ਟਾਈਮ ਬੱਸਾਂ ਦੇ, ਜਦੋਂ ਬੱਸ ਦੇ 5 ਮਿੰਟ ਖਰਾਬ ਹੋ ਗਏ ਤਾਂ ਸਮਝ ਲਓ ਬੱਸ ਦਾ ਪੂਰਾ ਟਾਈਮ ਹੀ ਖਰਾਬ ਹੋ ਗਿਆ। ਅਤੇ ਜੇ ਸਾਡੇ ਡਰਾਈਵਰ ਕੰਡਕਟਰ ਇਹਨਾਂ ਨਾਲ ਵਿਰੋਧ ਕਰਦੇ ਤਾਂ ਪੁਲਿਸ ਰੱਖੇ ਹੋਏ ਲੜਾਈ ਕਰਨ ਇਹਨਾਂ ਨੇ, ਕਿ ਫਿਰ ਇਹਨਾਂ ਦੇ ਬੰਦੇ ਸਾਡੇ ਗਲ ਪੈਂਦੇ ਆ। ਅਤੇ ਜੇ ਫਿਰ ਕੋਈ ਮਾੜੀ ਮੋਟੀ ਹੱਥੋਂ ਪਾਈ ਹੁੰਦੀ ਆ, ਫਿਰ ਚੱਕ ਕੇ ਥਾਣੇ ਸਾਡੀਆਂ ਬੱਸਾਂ ਲਿਜਾ ਕੇ ਬੱਸਾਂ ਬੰਦ ਕਰਤੀਆਂ ਜਾਂਦੀਆਂ, ਬਾਅਦ ਵਿੱਚ ਕੀ ਹੁੰਦਾ 10-10 ਦਿਨ ਬੱਸਾਂ ਖੜੀਆਂ ਰਹਿੰਦੀਆਂ। ਇਹ ਪ੍ਰੋਬਲਮ ਬੜੇ ਚਿਰ ਤੋਂ ਚੱਲਦੀ ਆ ਰਹੀ ਆ, ਅਸੀਂ ਪ੍ਰਸ਼ਾਸਨ ਦੇ ਕੋਲ ਬਹੁਤ ਵਾਰੀ ਜਾ ਚੁੱਕੇ ਹਾਂ, ਲਿਖ ਕੇ ਦੇ ਚੁੱਕੇ ਹਾਂ। ਜੇ ਹੁਣ ਅਸੀਂ ਇੱਥੇ ਆਉਂਦੇ ਹਾਂ ਤਾਂ ਇਹਨਾਂ ਨੂੰ ਇਹ ਆ ਕਿ ਇਹ ਪ੍ਰਾਈਵੇਟ ਬੰਦੇ ਆ, ਜਦਕਿ ਇਹਨਾਂ ਦੇ ਬੰਦੇ ਜਿਹੜੀ ਗੁੰਡਾਗਰਦੀ ਕਰਦੇ ਆ, ਅੱਜ ਟਰੱਕਾਂ ਵਾਲੇ ਵੀ ਆਏ ਹੋਏ ਸੀਗੇ ਕਿ ਘਰ ਖੜੀਆਂ ਗੱਡੀਆਂ ਦੇ ਪੈਸੇ ਕੱਟ ਲੈਂਦੇ ਆ, ਬੱਸਾਂ ਜਿਹੜੀ ਗੱਡੀ ਇੱਥੇ ਆਈ ਵੀ ਨਹੀਂ ਘਰ ਖੜੀ ਦੇ ਪੈਸੇ ਕੱਟ ਲੈਂਦੇ ਆ। ਦੂਜੇ ਪਾਸੇ ਥਾਣਾ ਲਾਡੋਵਾਲ ਦੇ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਦੀ ਸ਼ਿਕਾਇਤ ਲਿਖਤੀ
ਆ ਚੁੱਕੀ ਹੈ ਅਤੇ ਜਾਂਚ ਹੋਣ ਤੋਂ ਬਾਅਦ ਸੱਚ ਸਾਹਮਣੇ ਆਵੇਗਾ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਮਾਮਲਾ ਜਿਹਨਾਂ ਦਾ ਕਾਫੀ ਚਿਰ ਤੋਂ ਭੜਕਿਆ ਹੋਇਆ ਸੀਗਾ ਬੱਸਾਂ ਵਾਲਿਆਂ ਦਾ ਤੇ ਟੋਲ ਦੇ ਵਿੱਚ, ਉਹਦੇ ਵਿੱਚ ਅਸੀਂ ਕਹਿੰਦੇ ਬੱਸਾਂ ਵਾਲੇ ਕਹਿੰਦੇ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਬੱਸਾਂ ਦੇ ਉੱਤੇ, ਜਿਹੜਾ ਸਾਡਾ ਟੋਲ ਕੱਟਿਆ ਜਾ ਰਿਹਾ ਬਿਨਾਂ ਵਜ੍ਹਾ ਕੱਟਿਆ ਜਾ ਰਿਹਾ, ਸਾਡੇ ਕੋਲ ਉੱਤੇ ਫਾਸਟ ਟਰੈਕ ਵੀ ਲੱਗਾ ਹੋਇਆ, ਫਾਸਟ ਟਰੈਕ ਲੱਗਣ ਦੇ ਬਾਵਜੂਦ ਵੀ ਸਾਡੀਆਂ ਬੱਸਾਂ ਜਿਹੜੀਆਂ 20-20 ਮਿੰਟ ਖੜੀਆਂ ਰਹਿੰਦੀਆਂ ਨੇ, ਜਾਂ ਕੁਛ ਬੱਸਾਂ ਸਾਡੀਆਂ ਇੱਦਾਂ ਦੀਆਂ ਜਿਹੜੀਆਂ ਸਿਰਫ ਲੁਧਿਆਣੇ ਤੋਂ ਚੱਲ ਕੇ ਫਲੋਰ ਤੱਕ ਜਾਂਦੀਆਂ ਨੇ, ਇਹ ਉਹਨਾਂ ਦਾ ਵੀ ਪੂਰਾ ਹੀ ਟੈਕਸ ਕੱਟ ਰਹੇ ਨੇ, ਪੂਰਾ ਹੀ ਉਹਦੀ ਪਰਚੀ ਕੱਟ ਰਹੇ ਨੇ। ਉਹ ਕਾਫੀ ਚਿਰ ਤੋਂ ਇਹਨਾਂ ਦਾ ਇਹ ਗੱਲ ਚੱਲ ਰਹੀ ਸੀ ਜੋ ਇਹਨਾਂ ਦੇ ਸਿਰੇ ਨਹੀਂ ਚੜ੍ਹ ਰਹੀ, ਅਤੇ ਅੱਜ ਮੈਨੂੰ ਪਤਾ ਲੱਗਿਆ ਸੀਗਾ ਵੀ ਜਿਹੜਾ ਹੈਗਾ ਇਹਨਾਂ ਨੇ ਬੱਸਾਂ ਵਾਲਿਆਂ ਨੇ ਕਿਤੇ ਇਹਨਾਂ ਦੇ ਟੋਲ ਪਲਾਜ਼ਾ ਉੱਤੇ ਜਿਹੜਾ ਸਿਕਿਉਰਿਟੀ ਗਾਰਡ ਸੀ ਉਹਦੇ ਨਾਲ ਕੁੱਟਮਾਰ ਕੀਤੀ ਆ, ਅਤੇ ਕੋਈ ਬੂਮ ਵਗੈਰਾ ਤੋੜ ਕੇ ਗੱਡੀ ਇਹਨਾਂ ਨੇ ਲਗਾਈ ਆ, ਉਹ ਅਸੀਂ ਜਿਹੜੀ ਬਣਦੀ ਕਾਰਵਾਈ ਕਰ ਰਹੇ ਹਾਂ ਜੀ, ਪਰਚਾ ਦੇ ਰਹੇ ਹਾਂ ਜੀ। ਸਰ ਇਹਦੀ ਸੀਸੀਟੀਵੀ ਫੋਟੋ ਵੀ ਸਾਹਮਣੇ ਆਈ ਹੈ? ਸੀਸੀਟੀਵੀ ਫੋਟੋ ਦੇ ਵਿੱਚ ਹੀ ਵੇਖਿਆ ਹੋਇਆ ਜੀ ਜਿਹਦੇ ਵਿੱਚ ਬੂਮ ਜਿਹਾ ਤੋੜਿਆ ਗਿਆ ਅਤੇ ਜਿਹੜੀ ਗੱਡੀ ਉਹ ਲੰਘਾਈ ਗਈ ਆ। ਕੀ ਕਾਰਵਾਈ ਕਰ ਰਹੇ? ਉਹਦੇ ਵਿੱਚ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਪਰਚਾ ਦੇਣ ਲੱਗੇ ਜੀ। ਚਮਤਕਾਰ ਹੁੰਦੇ ਨੇ ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ ਚ ਪਾਓ ਹਰ ਪਰੇਸ਼ਾਨੀ ਦਾ ਹੱਲ। ਸੱਤ ਤਿਲਮਾਂ ਦੇ ਮਾਹਿਰ, ਮੇਰੇ ਕਿੱਤੇ ਨੂੰ ਕੋਈ ਘੱਟ ਨਹੀਂ ਸਕਦਾ। ਸਪੈਸ਼ਲਿਸਟ ਲਵ ਮੈਰਿਜ, ਵਸ਼ੀਕਰਨ, ਲੋਟਰੀ ਨੰਬਰ, ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚ ਅਣਬਣ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਔਲਾਦ ਸੁੱਖ, ਨਸ਼ਾ ਜਾਂ ਬੁਰੀ ਸੰਗਤ ਛੁਡਵਾਉਣਾ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਵਿੱਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲੋਟਰੀ ਨੰਬਰ ਪਾਓ 6-4-9 ਹੋਵੇ ਜਾਂ ਲੋਟੋਮੈਕਸ। ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਅਤੇ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। 9996826004